ਜੀ ਸ਼ੁਰੂ ਤੋਂ ਦੇਖਿਆ ਜਾਵੇ ਜੀ, ਮੈਂ ਕਾਫੀ ਜਗ੍ਹਾ ਰਿਹਾ, ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ। ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹੋ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਵਧੀਆ ਜਗ੍ਹਾ ਪੜ੍ਹਾਇਆ ਜਾਵੇ। ਖੁਦ ਫੌਜ 'ਚ ਸੀ ਅਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜ੍ਹਾਇਆ, ਜੋ ਕਿ ਉੱਥੇ ਹੋਸਟਲ ਹੈ। ਮੈਂ 6ਵੀਂ ਤੋਂ ਲੈ ਕੇ 12ਵੀਂ ਤੱਕ ਹੋਸਟਲ 'ਚ ਪੜ੍ਹਿਆ ਜੀ, ਉਦੋਂ ਹੀ ਘਰ ਤੋਂ ਘਰ ਪਰਿਵਾਰ ਤੋਂ ਦੂਰ ਸੀ। ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ, ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਦੇ ਦਿਖਾਏ ਰਸਤੇ 'ਤੇ ਅਫਸਰ ਬਣ ਕੇ ਫੌਜ 'ਚ ਜਾਵਾਂ। ਅਤੇ ਬਾਹਰ ਦਾ ਹਾਲਾਂਕਿ ਆਈਲੈਟਸ ਕੀਤੀ ਸੀ ਮੈਂ, ਬਟ ਆਈਲੈਟਸ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ। ਦੇਖੋ ਜੀ, ਮਿਹਨਤ ਤਾਂ ਸਾਰੇ ਹਰ ਜਗ੍ਹਾ ਕਰ ਹੀ ਰਹੇ ਨੇ, ਜਿਹੜਾ ਬਾਹਰ ਜਾ ਰਿਹਾ ਉਹ ਵੀ ਕਰ ਰਿਹਾ, ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ। ਬਟ ਮਿਹਨਤ ਕਰਨਾ ਸਿਰਫ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮੁਕਾਮ ਚੁਣ ਲਿਆ ਉਹ ਤੱਕ ਪਹੁੰਚਣਾ ਹੈ, ਬਸ ਉਹ ਚੱਲਦੇ ਜਾਣਾ ਹੈ। ਮਿਹਨਤ ਔਕੜਾਂ ਹਰ ਇੱਕ ਰਸਤੇ 'ਚ ਆਉਂਦੀਆਂ ਨੇ। ਬਾਕੀ ਜਿੰਨੇ ਵੀ ਫੌਜੀ ਮੇਰੇ ਭਰਾ ਬੈਠੇ ਨੇ ਜਾਂ ਮੇਰੇ ਬਜ਼ੁਰਗ ਬੈਠੇ ਨੇ, ਉਹਨਾਂ ਨੂੰ ਪਤਾ ਹੈ ਕਿੰਨੀ ਮਿਹਨਤ ਹੁੰਦੀ ਹੈ ਫੌਜ 'ਚ। ਤਾਂ ਮਿਹਨਤ ਨੂੰ ਮੈਂ ਕਹਾਂਗਾ ਕਿ ਮੈਂ ਵੱਧ ਕੀਤੀ ਹੈ ਕਿ ਹੋਰ ਨੇ ਘੱਟ ਕੀਤੀ ਹੈ, ਉਹ ਤਾਂ ਆਈ ਥਿੰਕ ਸਹੀ ਨਹੀਂ ਹੋਏਗਾ। ਮੈਂ ਤਾਂ ਬਹੁਤ ਬਹੁਤ ਧੰਨਵਾਦੀ ਹਾਂ, ਇੰਨਾ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ। ਮੈਨੂੰ ਇੰਨਾ ਯਕੀਨ ਨਹੀਂ ਸੀਗਾ, ਇੰਨਾ ਭਰੋਸਾ ਨਹੀਂ ਸੀਗਾ ਕਿ ਮੈਨੂੰ, ਮੈਂ ਸੋਚਿਆ ਨਹੀਂ ਸੀਗਾ ਕਿ ਇੰਨਾ ਭਰਵਾਂ ਸਵਾਗਤ ਕੀਤਾ ਜਾਏਗਾ। ਮੈਂ ਤਾਂ ਸਗੋਂ ਘਰਦਿਆਂ ਨੂੰ ਵੀ ਕਿਹਾ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖੰਡ ਪਾਠ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ, ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹਦਾ ਬਿਲਕੁਲ ਵੀ। ਹਾਂਜੀ ਹਾਂਜੀ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਇੰਨੇ ਟਾਈਮ ਬਾਅਦ। ਮੈਂ ਤਾਂ ਤੁਹਾਨੂੰ ਜਿੱਦਾਂ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜ੍ਹਿਆ, ਮੈਨੂੰ ਕਦੀ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ। ਅੱਜ ਮੌਕਾ ਮਿਲਿਆ, ਸਾਰਾ ਪਰਿਵਾਰ ਮੇਰਾ ਇਕੱਠਾ, ਮਾਮੀਆਂ ਚਾਚੀਆਂ ਦੂਰੋਂ ਸਾਰੀਆਂ ਮੈਨੂੰ ਮਿਲਣ ਵਾਸਤੇ ਆਈਆਂ ਨੇ, ਅਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੋਇਆ, ਅੱਜ ਬਹਿ ਕੇ ਥੋੜ੍ਹੀਆਂ ਗੱਲਾਂ ਕਰ ਸਕਦਾ ਵਾਂ, ਬਹੁਤ ਚੰਗਾ ਲੱਗ ਰਿਹਾ। ਹਾਂਜੀ ਜੀ, ਸ਼ੁਰੂ ਤੋਂ ਮੈਂ ਦੇਖਿਆ ਮੇਰੇ ਜਿੰਨੇ ਵੀ ਦੋਸਤ ਨੇ, ਮੈਂ 11ਵੀਂ 12ਵੀਂ ਜਿੰਨੇ ਨਾਲ ਪੜ੍ਹਿਆ ਵਾਂ, ਸਾਰੇ ਜਾਣੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ, ਬਾਹਰ ਜਾ ਕੇ ਵਧੀਆ ਕਮਾ ਖਾ ਰਹੇ ਨੇ। ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਵਾਂ, ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ। ਅਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ 'ਚੋਂ ਇੱਕ ਨਾਮ ਹੋਵੇ, ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਹੈ, ਬਾਹਰ ਜਾਣਾ ਜਾਂ ਫੋਰਨ ਜਾਣਾ, ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਆ, ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡ੍ਰੀਮ ਨੂੰ ਸਫਲ ਕਰ ਸਕਦੇ ਹੋ, ਆਪਣੇ ਮੁਕਾਮ 'ਤੇ ਪਹੁੰਚ ਸਕਦੇ ਹੋ ਅਤੇ ਆਪਣੇ ਪਰਿਵਾਰ ਨਾਲ ਵੀ ਰਹਿ ਸਕਦੇ ਹੋ। ਦੇਖਿਆ ਜਾਵੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਹੈ, ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਜਾ ਰਹੀ ਹੈ, ਉਹਨਾਂ ਨੂੰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਜੀ ਦੇਖੋ, ਨਸ਼ਾ ਤਾਂ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਹੈ, ਪੰਜਾਬ 'ਚ ਤੋਂ ਜ਼ਿਆਦਾ ਮੰਨਿਆ ਜਾਂਦਾ ਕਿਉਂਕਿ ਇਲਾਕਾ ਹੀ ਇਹੋ ਜਿਹਾ ਹੈ। ਮੈਂ ਇਹੀ ਕਹਿਣਾ ਚਾਹੁੰਦਾ ਆਪਣੇ ਵੀਰਾਂ ਭਰਾਵਾਂ ਜਿਹੜੇ ਨਸ਼ਾ ਕਰਦੇ ਨੇ ਕਿ ਨਸ਼ੇ ਤੋਂ ਵੱਧ ਕੇ ਵੀ ਇੱਕ ਦੁਨੀਆ ਹੈਗੀ ਹੈ, ਨਸ਼ੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ, ਇੱਕ ਵਧੀਆ ਜਗ੍ਹਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੁਧਾਰ ਸਕਦੇ ਹੋ ਅਤੇ ਆਪਣੇ ਆਪ ਨੂੰ ਬਚਾ ਸਕਦੇ ਹੋ। ਤਾਂ ਨਸ਼ਾ ਕਰਕੇ ਤਾਂ ਮੇਰਾ ਇਹੀ ਰਹੇਗਾ ਕਿ ਜਿੰਨੀ ਛੇਤੀ ਛੇਤੀ ਹੋ ਸਕਦਾ ਨਸ਼ਾ ਛੱਡ ਦਿਉ ਅਤੇ ਵਧੀਆ ਆਪਣੇ ਮੁਕਾਮ ਵੱਲ ਚੱਲੋ। ਠੀਕ ਹੈ ਜੀ, ਜਿਹੜੇ ਕਿ ਲੈਫਟੀਨੈਂਟ ਜਿਹੜੇ ਕਿ ਭਰਤੀ ਹੋਏ ਨੇ ਸਾਡੇ ਵੀਰ, ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕਿ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ, ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕਿ ਜਿਹੜਾ ਕਿ ਲੱਖ ਲੱਖ ਵਧਾਈ ਦਿੰਦੇ। ਹਾਂ, ਮੇਰਾ ਹਿਸਾਬ ਦਾ ਲਗਭਗ ਪਹਿਲਾਂ ਹੋਊਗਾ ਜੀ, ਕਿਉਂਕਿ ਚਲੋ ਮੈਂ ਪਹਿਲਾਂ ਪਿਛਲਾ ਪੁਰਾਣਾ ਤਾਂ ਨਹੀਂ ਜਾਣਦਾ, ਜਦੋਂ ਦਾ ਇਸ ਲਾਈਨ ਦੇ ਵਿੱਚ ਪਏ 4-5 ਸਾਲ ਹੋ ਗਿਆ, ਲੇਕਿਨ ਮੈਨੂੰ ਤਾਂ ਲੱਗਦਾ ਕਿ ਹਲਕੇ 'ਚ ਨਹੀਂ, ਜ਼ਿਲ੍ਹੇ ਦੇ ਵਿੱਚ ਹੀ ਪਹਿਲਾਂ ਹੋਊਗਾ ਜੀ। ਹਾਂ, ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਬੱਚਿਆਂ ਨੂੰ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਫੌਜ 'ਚ ਭਰਤੀ ਹੋਣਾ ਚਾਹੀਦਾ। ਜੀ ਬਿਲਕੁਲ ਬਿਲਕੁਲ, ਆਪਾਂ ਉਹਨਾਂ ਦਾ ਵੀ ਬਿਲਕੁਲ ਸਹੀ ਹੈ, ਉਹਨਾਂ ਨੇ ਫੌਜ ਦੇ ਵਿੱਚ ਹੋਵੇ, ਮਤਲਬ ਕੋਈ ਵੀ ਹੋਵੇ ਡਿਪਾਰਟਮੈਂਟ ਕੋਈ ਵੀ ਹੋਵੇ, ਪਰ ਹੋਵੇ ਮਿਹਨਤ ਸਦਕਾ, ਮਿਹਨਤ ਕੀਤੀ ਹੋਵੇ, ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਉਹਨੂੰ ਦੇਖ ਕੇ ਬਹੁਤ ਉਤਸ਼ਾਹ ਵੱਧਦਾ, ਹੋਰ ਵੀ ਬੱਚਿਆਂ ਦੇ ਵਿੱਚ ਵੱਧਦਾ। ਤਾਂ ਇਹੀ ਅਪੀਲ ਸਾਰਿਆਂ ਨੂੰ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਕਿ ਆਪਾਂ ਆਪਣੇ ਪੰਜਾਬ ਵੱਲ ਆਪਣੀ ਮਿਹਨਤ ਵੱਲ ਜਿਹੜਾ ਕਿ ਵੱਧ ਤੋਂ ਵੱਧ ਜਿਹੜਾ ਕਿ ਧਿਆਨ ਦਿੱਤਾ ਜਾਵੇ, ਔਰ ਇੱਦਾਂ ਜਦੋਂ ਕਿਉਂਕਿ ਆਪਣਾ ਜੇ ਪਿਛਲਾ ਵੀ ਆਪਾਂ ਇਤਿਹਾਸ ਫੋਰ ਕੇ ਦੇਖ ਲਈਏ ਤਾਂ ਲਗਭਗ ਸਭ ਤੋਂ ਜਿਹੜਾ ਕਿ ਆਪਣੇ ਜਿਹੜੇ ਡਾਇਰੈਕਟ ਭਰਤੀ ਹੋਏ ਨੇ ਅਫਸਰ ਸਾਹਿਬਾਨ ਕਿਸੇ ਵੀ ਡਿਪਾਰਟਮੈਂਟ ਦੇ ਹੁਣ, ਉਹ ਸਭ ਤੋਂ ਵੱਧ ਕਿ ਪੰਜਾਬ ਦੇ ਵਿੱਚ ਹੈ, ਪੰਜਾਬ ਦੇ। ਜਿਹੜੇ ਨੌਜਵਾਨ 20-20 ਲੱਖ ਰੁਪਇਆ ਕਰਜ਼ਾ ਚੜਾ ਕੇ
ਨਹੀਂ, ਮੈਂ ਤਾਂ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਕੇ, ਕਿਉਂਕਿ ਸਾਡੇ ਸ਼ੁਰੂ ਤੋਂ ਸਾਡੇ ਜਿਹੜੇ ਕਿਰਤਾ ਆ, ਖੇਤੀਬਾੜੀ ਦਾ ਆ, ਬਹੁਤ ਉਪਜਾਊ ਆ, ਧਰਤੀ ਆ, ਸੋ ਕਿੱਤੇ ਦੇ ਨਾਲ ਆਪਾਂ ਜੁੜੀਏ। ਸੋ ਆਪਣੇ ਹੁਣ ਤਾਂ ਪਹਿਲਾਂ ਤਾਂ ਹੈਗਾ ਸੀ ਵੀ ਮਾਇੰਡ ਦੇ ਵਿੱਚ ਹੀ ਮਤਲਬ ਪਬਲਿਕ ਦੇ ਸੀ ਕਿ ਯਾਰ ਨੌਕਰੀਆਂ ਨਹੀਂ ਮਿਲਦੀਆਂ ਜੀ ਕਿੱਦਾਂ। ਹੁਣ ਤੁਹਾਡੇ ਸਾਹਮਣੇ ਆ, 2-3 ਸਾਲ ਦੀ ਸਰਕਾਰ ਹੋ ਚੁੱਕੀ ਆ ਰਿਪੀਟ, ਮਾਨ ਸਾਹਿਬ ਹੋਣਾ ਦੀ, ਮੇਰਾ ਖਿਆਲ ਸ਼ਾਇਦ 50,000 ਦੇ ਆਸ ਪਾਸ ਨੌਕਰੀਆਂ ਦਿੱਤੀਆਂ। ਸੋ ਰੋਜ਼ ਦੇ ਰੋਜ਼ ਹਾਂ ਮਿਲਣ ਉਹਨਾਂ ਰਹੀਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ, ਗੱਲ ਫਿਰ ਮਿਹਨਤ 'ਤੇ ਆਉਂਦੀ। ਬਿਲਕੁਲ ਜੀ, ਕੱਲ੍ਹ ਪਰਸੋਂ ਜਿਹੜਾ ਤੁਸੀਂ ਦੇਖਿਆ ਉਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਸੀ ਮਾਨ ਸਾਹਿਬ ਉਹਨਾਂ ਨੇ, ਔਰ ਸਕੇ ਭੈਣ ਭਰਾਵਾਂ ਨੂੰ ਜਿਹੜੇ ਕਿ ਉਹ ਨੌਕਰੀਆਂ ਮਿਲੀਆਂ ਸੀ। ਸੋ ਇੱਕ ਰੁਪਇਆ ਵੀ ਨਹੀਂ, ਲੇਕਿਨ ਉਹਨਾਂ ਦਾ ਮਾਂ ਬਾਪ ਦਾ ਸੁਪਨਾ ਸੀ ਉਹ ਸਵੀਕਾਰ ਹੋਇਆ, ਸੱਚ ਹੋਇਆ। ਸੋ ਇਹ ਕਿ ਆਪਾਂ ਕਿਸੇ ਵੀ ਜਿਸ ਵੀ ਚੀਜ਼ ਵੱਲ ਵੀ ਧਿਆਨ ਆ, ਜਿਸ ਡਿਪਾਰਟਮੈਂਟ ਵਾਲੀ ਆ, ਜਿਸ ਵੱਲ ਧਿਆਨ ਆ, ਆਪਾਂ ਨੂੰ ਮਿਹਨਤ ਕਰਨੀ ਚਾਹੀਦੀ। ਮਿਹਨਤ ਦਾ ਮੁੱਲ ਹੈ ਜਿਹੜਾ ਕਿ ਉਹ ਪੰਜਾਬ 'ਚ ਪਊਗਾ, ਬਾਹਰ ਦਾ ਖੇੜਾ ਜੀ ਆਪਾਂ ਨੂੰ ਛੱਡਣਾ ਚਾਹੀਦਾ। ਮੈਂ ਰਿਸ਼ਪਾਲ ਸਿੰਘ, ਪਿੰਡ ਮਾਨਾ ਵਾਲਾ। ਸਾਡੇ ਅੱਜ ਮਨਿੰਦਰਜੀਤ ਸਿੰਘ, ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ, ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਇਹਨਾਂ ਦੇ ਪਿਤਾ ਸਾਬਕਾ ਫੌਜੀ ਆ ਜੀ, ਅਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ, ਅਤੇ ਮਿਹਨਤ ਕਰਕੇ ਇਹਦੀ ਤੱਕ ਇਹ ਗਏ ਆ ਜੀ। ਹੋਰ ਪਿੰਡ ਦੇ ਵਿੱਚ ਵਿਆਹ ਅਰਗਾ ਮਾਹੌਲ ਆ ਜੀ, ਇਹਨਾਂ ਦੇ ਲੈਫਟੀਨੈਂਟ ਬਣਨ ਦੀ ਖੁਸ਼ੀ ਦੇ ਵਿੱਚ ਬਹੁਤ ਚਾਅ ਲੋਕਾਂ ਨੂੰ, ਤੁਸੀਂ ਵੇਖ ਰਹੇ ਹੋ ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਹੈ ਜੀ। ਸਾਡੇ ਪਿੰਡ ਦੇ ਵਿੱਚੋਂ ਤਾਂ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ, ਮਤਲਬ ਇਲਾਕੇ ਤੋਂ ਨਹੀਂ ਗਾ ਕੋਈ ਪਤਾ, ਪਿੰਡ ਦੇ ਵਿੱਚੋਂ ਸਾਡੇ 'ਚੋਂ ਇਹ ਪਹਿਲੇ ਬਣੇ। ਸਭ ਤੋਂ ਪਹਿਲਾਂ ਜੀ ਦੇਸ਼ ਦੀ ਸੇਵਾ ਕਰਨੀ ਚਾਹੀਦੀ, ਉਸ ਤੋਂ ਬਾਅਦ ਤਾਂ ਫਿਰ ਆਪਣਾ ਕੰਮ ਆ, ਦੇਸ਼ ਦੀ ਸੇਵਾ ਅਤੇ ਸਭ ਦੀ ਸੇਵਾ। ਮੇਰਾ ਨਾਂ ਤੀਰਥ ਸਿੰਘ ਹੈ, ਮੈਂ ਇੱਕ ਸਾਬਕਾ ਫੌਜੀ ਹਾਂ। ਮੇਰਾ ਪਿੰਡ ਮਾਨਾ ਵਾਲਾ, ਡਿਸਟ੍ਰਿਕਟ ਅੰਮ੍ਰਿਤਸਰ ਹੈ, ਤਹਿਸੀਲ ਲੋਪੋਕੇ। ਅੱਜ ਮੇਰਾ ਬੇਟਾ ਲੈਫਟਨ ਬਣ ਕੇ ਘਰ ਪਹੁੰਚਿਆ ਹੈ, ਬਹੁਤ ਬਹੁਤ ਖੁਸ਼ੀ ਹੈ। ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ, ਹਿੱਸੇਦਾਰਾਂ ਨੇ, ਭੈਣ ਭਰਾਵਾਂ ਨੇ ਬਹੁਤ ਹੀ ਭੜਵਾਂ ਸਵਾਗਤ ਕੀਤਾ। ਬਹੁਤ ਹੀ ਉਤਸ਼ਾਹ ਦੇ ਨਾਲ ਨਗਰ ਨੇ ਬੱਚੇ ਦਾ ਮਾਣ ਸਤਿਕਾਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਜੂਹ ਤੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ। ਇੱਥੋਂ ਇਹਨੇ ਏਅਰਪੋਰਟ ਤੋਂ ਜਾ ਕੇ ਵੀ ਬੱਚੇ ਨੂੰ ਸਾਰੇ ਪਤਵੰਤ ਸੱਜਣਾਂ ਨੇ, ਸਰਪੰਚ ਸਾਹਿਬ ਨੇ, ਨੰਬੜਦਾਰ ਸਾਹਿਬਾਨ ਨੇ, ਸਾਰਿਆਂ ਨੇ ਸਵਾਗਤ ਮਾਣ ਸਤਿਕਾਰ ਦੇ ਕਰਕੇ ਵਾਪਸ ਲੈ ਕੇ ਆਏ। ਬਹੁਤ ਬਹੁਤ ਹੀ ਖੁਸ਼ੀ ਹੈ, ਖੁਸ਼ੀ ਦਾ ਕੋਈ ਲਫ਼ਜ਼ ਨਹੀਂ ਹੈ ਖੁਸ਼ੀ ਨੂੰ ਬਿਆਨ ਕਰਨ। ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਸੀਂ ਭਰਤੀ ਐਜ਼ ਏ ਸਿਪਾਹੀ ਭਰਤੀ ਹੋਏ, ਬਾਅਦ ਮੈਂ ਹੌਲਦਾਰ ਤੋਂ ਰਿਟਾਇਰ ਹੋਏ, ਪਰ ਅਸੀਂ ਦੇਖਿਆ ਸੀ ਅਫਸਰ ਲਾਈਫ ਕਿ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਿਵਾਰ ਦਾ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਭਰਤੀ ਹੋਏਗਾ। ਤੋ ਬਹੁਤ ਬਹੁਤ ਉਸ ਮਾਲਕ ਦਾ ਵਾਹਿਗੁਰੂ, ਸਾਧੂ, ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਹੋਰ ਵੀ ਕਿ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਪੰਜਾਬ ਵਿੱਚੋਂ, ਡਿਸਟ੍ਰਿਕਟ ਵਿੱਚੋਂ, ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸੇਧ ਰਹਿਣ ਅਤੇ ਆਪਣੀ ਮਿਹਨਤ ਕਰਕੇ ਅਫਸਰਾਂ ਵਿੱਚ ਹੋਰ ਵੀ ਉਹ ਅਹੁਦਿਆਂ 'ਤੇ ਬਿਰਾਜਮਾਨ ਹੋਣ। ਬਿਲਕੁਲ ਜੀ, ਮਾਨਾ ਦਾ ਨਾਮ ਰੋਸ਼ਨ ਕੀਤਾ, ਡਿਸਟ੍ਰਿਕਟ ਦਾ, ਤਹਿਸੀਲ ਦਾ, ਇੱਥੋਂ ਤੱਕ ਪੰਜਾਬ ਦਾ ਹੀ ਨਾਮ ਰੋਸ਼ਨ ਹੋਇਆ ਹੈ ਕਿਉਂਕਿ ਉੱਥੇ 3 OTA ਚੇਨਈ ਦੇ ਵਿੱਚ 3 ਲੜਕੇ ਸਰਦਾਰ ਪਾਸਿੰਗ ਆਊਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTA। ਉਹਦੇ 3 ਸਰਦਾਰ ਹੀ, ਜਿਹਦੇ 1 ਸਾਊਥ ਦਿੱਲੀ ਦਾ ਹੀ, 1 ਉੱਤਰਾਖੰਡ ਦਾ, 1 ਪੰਜਾਬ ਦਾ, ਉਸ ਬੈਚ ਵਿੱਚ ਅਕੇਲਾ ਹੀ ਸਰਦਾਰ ਬੱਚਾ ਸੀਗਾ। ਅਤੇ ਕੁਛ ਹੋਰ ਵੀ ਲੜਕੇ ਸੀਗੇ ਅਦਰ ਕਮਿਊਨਿਟੀ ਦੇ, 1 ਲੜਕੀ ਵੀ ਸੀ, ਬਟ ਬਹੁਤ ਖੁਸ਼ੀ ਹੋਈ ਮਨ ਨੂੰ
ਕਿ ਆਪਣੇ ਇਲਾਕੇ ਆਪਣੇ ਮਾਨ ਵਾਲਾ ਪੰਜਾਬ ਅੰਮ੍ਰਿਤਸਰ ਦਾ ਨਾਮ ਰੋਸ਼ਨ ਹੋਇਆ। ਦੇਖਿਆ ਜਾਵੇ ਪੰਜਾਬੀ ਹਮੇਸ਼ਾ ਹੀ ਮੱਲਾਂ ਮਾਰਦੇ ਨੇ, ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ ਹਰ ਇੱਕ ਕੰਮ ਦੇ ਵਿੱਚ, ਤੁਹਾਡੇ ਬੇਟੇ ਵੱਲੋਂ ਜਿਹੜਾ ਅਫਸਰ ਬਣ ਕੇ ਆਏ ਨੇ, ਕਿਸ ਤਰ੍ਹਾਂ ਦਾ ਅੱਜ ਪਿੰਡ ਦੇ ਵਿੱਚ ਮਾਹੌਲ? ਬਹੁਤ ਹੀ ਖੁਸ਼ੀ ਦਾ ਮਾਹੌਲ ਹੈ, ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ। ਹਰੇਕ ਹੀ ਜਿਹਨੇ ਵੀ ਵੇਖਿਆ, ਬੇਸ਼ੱਕ ਬਿਨਾਂ ਸੱਦੇ ਦੇ ਵੀ ਸਾਰਾ ਪਿੰਡ ਹੀ ਇਕੱਠਾ ਹੋਇਆ, ਜਿੱਥੇ ਵੀ ਲੰਘ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ, ਮੈਂ ਉਹਨਾਂ ਸਾਰਾ ਭਾਰੀ ਰਹੂੰਗਾ, ਧੰਨਵਾਦ ਕਰਦਾ ਹਾਂ। ਬਹੁਤ ਹੀ ਭਰਵਾਂ ਸਵਾਗਤ ਕੀਤਾ, ਹਰੇਕ ਨੇ ਆਪਣੇ ਚਾਅ ਨਾਲ ਉਸ ਜਾਂ ਸਵੇਰ ਤੋਂ ਹੀ ਉਡੀਕ ਕਰ ਰਹੇ ਸੀ ਕਦੋਂ ਆਉਣਾ, ਫੋਨ 'ਤੇ ਫੋਨ ਆ ਰਹੇ ਸੀ, ਪਹਿਲੇ ਹੀ ਖੜ੍ਹੇ ਸੀ ਸਵੇਰ ਤੋਂ, ਟਰੈਕਟਰ ਲੈ ਕਰਕੇ ਵੀ ਕੋਈ ਰੋਡ 'ਤੇ, ਦੁਕਾਨਦਾਰ ਸਾਰੇ ਹੀ ਬਹੁਤ ਹੀ ਉਤਸ਼ਾਹ ਨਾਲ ਸਵਾਗਤ ਕੀਤਾ। ਧੰਨਵਾਦ ਜੀ। ਮੇਰਾ ਜੀ ਨਾਂ ਸ਼ੁਭਪ੍ਰੀਤ ਸਿੰਘ, ਪਿੰਡ ਮਾਨਾ ਵਾਲਾ। ਇਹ ਮੇਰਾ ਭਤੀਆ ਜੀ, ਇਹ ਲੈਫਟੀਨੈਂਟ ਐਜ਼ ਏ ਆਰਮੀ ਹੋਇਆ ਹੈ। ਭਤੀ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ, ਸਾਡੇ ਨਗਰ ਲਈ, ਉਸ ਤੋਂ ਬਾਅਦ ਸਾਡੇ ਇਲਾਕੇ ਲਈ, ਸਾਡੇ ਬਾਰਡਰ ਬੈਲਟ ਦੇ ਲਈ ਜੀ, ਬੜੇ ਹੀ ਮਾਣ ਵਾਲੀ ਗੱਲ ਹੈ। ਬੜਾ ਹੀ ਇਹਨੇ ਆਪਣੇ ਮਾਪਿਆਂ ਦਾ, ਨਗਰ ਦਾ, ਇਲਾਕੇ ਦਾ ਨਾਂ ਜੀ ਇਹਨੇ ਰੋਸ਼ਨ ਕੀਤਾ। ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਵੀ ਸਾਰਿਆਂ ਦੇ ਨਾਲ ਮੜਾਪਲਾ, ਨਗਰ ਦੇ ਵਿੱਚ ਵੀ ਸਾਰਿਆਂ ਨਾਲ ਮੇਲ ਅਨੁਸਾਰ, ਸਾਰੇ ਇਲਾਕੇ ਦਾ ਇਹਨੇ ਜਿੰਨਾ ਮਾਣ ਵਧਾਇਆ ਜੀ, ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਾਡੇ ਪਰਿਵਾਰ ਨੂੰ, ਸਾਡੇ ਇਲਾਕੇ ਨੂੰ ਹੀ, ਸਾਰੇ ਨੂੰ ਜੀ ਬੜੀ ਖੁਸ਼ੀ ਹੈ ਜੀ ਇਸ ਚੀਜ਼। ਬਹੁਤ ਸੋਹਣਾ ਜੀ, ਸਾਰੇ ਨਗਰ ਨੇ, ਸਾਰੇ ਪਿੰਡ ਵਾਸੀਆਂ ਨੇ, ਇਲਾਕੇ ਵਾਸੀਆਂ ਨੇ, ਸਾਰਿਆਂ ਨੇ, ਸਾਰੇ ਪਿੰਡ ਦੇ ਮੋਤਬਾਰ, ਲਾਗੇ ਦੇ ਇਲਾਕੇ ਦੇ ਮੋਤਬਾਰ ਸਾਰੇ ਆਏ। ਉਹਨਾਂ ਸਾਰਿਆਂ ਨੇ ਜੀ ਵੇਖੋ ਇੱਥੇ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ ਨੇ। ਖੁਦ ਆਪ ਬਿਕਰਮ ਸਿੰਘ ਮਜੀਠੀਆ ਸਾਹਿਬ, ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਇਹਨਾਂ ਨਾਲ ਵੀਡੀਓ ਕਾਲ 'ਤੇ ਗੱਲ ਕਰਕੇ ਉਹਨਾਂ ਨੇ ਵਧਾਈ ਦਿੱਤੀ ਹੈ ਜੀ। ਸਾਡੇ ਇਲਾਕੇ ਨੂੰ, ਸਾਡੇ ਬਾਰਡਰ ਬੈਲਟ ਨੂੰ ਬੜਾ ਮਾਣ ਆ ਜੀ ਇਸ ਨੌਜਵਾਨ ਦੇ ਉੱਤੇ, ਇਹਨੇ ਇਲਾਕੇ ਦਾ, ਪਰਿਵਾਰ ਦਾ, ਸਾਰੇ ਜਾਣਿਆਂ ਦਾ ਨਾਂ ਰੋਸ਼ਨ ਕੀਤਾ। ਹਾਂਜੀ, ਬਹੁਤ ਬਹੁਤ ਜੀ ਸਰ, ਪਰਿਵਾਰ ਨੂੰ ਤਾਂ ਬੜੀ ਮਾਣ ਵਾਲੀ ਗੱਲ ਹੈ। ਦੋਵੇਂ ਇਹਦੇ ਚਾਚਾ ਜੀ, ਇਹਦੇ ਫਾਦਰ ਸਾਹਿਬ ਆਰਮੀ 'ਚ ਸਰਵ ਕਰਕੇ ਆਏ ਨੇ, ਉਹਨਾਂ ਨੇ ਵੀ ਦੇਸ਼ ਦੇ ਨਾਲ ਜੰਗਾਂ ਲੜੀਆਂ, ਬੜਾ ਪਰਿਵਾਰ ਦਾ ਨਾਂ ਰੋਸ਼ਨ ਕੀਤਾ, ਪਿੰਡ ਦਾ ਨਾਂ ਰੋਸ਼ਨ ਕੀਤਾ। ਸਾਡੇ ਬੇਟੇ ਨੇ ਸਾਨੂੰ ਇਲਾਕੇ ਦੇ ਵਿੱਚ ਨਹੀਂ, ਪੂਰੇ ਦੇਸ਼ ਦੇ ਵਿੱਚ ਮਾਣ ਦਵਾਇਆ, ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ।